ਵਿਧਾਇਕ ਪਠਾਨ ਮਾਜਰਾ ਦੀ ਪਤਨੀ ਨੇ ਇੱਕ NRI ਤੇ ਇਲਜ਼ਾਮ ਲਗਾਏ ਸੀ ਕਿ ਉਸਦੇ ਨਾਲ NRI ਦੇ ਵੱਲੋਂ ਛੇੜਛਾੜ ਕੀਤੀ ਗਈ ਤੇ ਸਰੀਰਕ ਸੰਬੰਧ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਤਾਂ ਵਿਧਾਇਕ ਦੀ ਪਤਨੀ ਦੀ ਸ਼ਿਕਾਇਤ ਤੇ ਹੁਣ ਪੁਲਿਸ ਦੇ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ ਤਾਂ ਇਸ ਸੰਬੰਧੀ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤਾਂ ਪੁਲਿਸ ਨੇ ਕਿਹਾ ਕਿ ਗੁਰਪ੍ਰੀਤ ਕੌਰ ਦੇ ਵੱਲੋਂ ਉਹਨਾਂ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਇੱਕ NRI ਦੇ ਵੱਲੋਂ ਉਹਨਾਂ ਨਾਲ ਛੇੜਛਾੜ ਕੀਤੀ ਗਈ ਹੈ ਜਿਸ ਤੇ ਪਰਚਾ ਦਰਜ ਕਰ ਲਿਆ ਗਿਆ ਹੈ ਤਾਂ ਇਸ ਸੰਬੰਧੀ NRI ਦੇ ਵੱਲੋਂ ਵੀ ਕ੍ਰੋਸ ਐਲੀਗੇਸ਼ਨ ਹੈ ਜਿਹੜੇ ਉਹ ਲਗਾਏ ਗਏ ਨੇ ਤਾਂ ਇਸ NRI ਦੀ ਭਾਲ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਜੀ 20 ਤਰੀਕ ਨੂੰ ਗੁਰਪ੍ਰੀਤ ਕੌਰ ਨਾਮਕ ਲੇਡੀ ਸਾਡੇ ਕੋਲ ਆਏ ਨੇ ਜਿਨ੍ਹਾਂ ਨੇ ਆਪਣਾ ਬਿਆਨ ਦਰਜ ਕਰਾਇਆ ਜਿਹਦੇ ਵਿੱਚ ਉਹ ਆਪਣੇ NRI ਨੇ ਕੋਈ ਨਛੱਤਰ ਸਿੰਘ ਉਹਨਾਂ ਦੇ ਬਰਖਿਲਾਫ਼ ਉਹ ਐਲੀਗੇਸ਼ਨ ਲਗਾ ਰਹੇ ਆ ਸੈਕਸੁਅਲ ਹਰਾਸਮੈਂਟ ਵਗੈਰਾ ਦੇ ਅਤੇ ਉਹਦੇ ਬਿਆਨਾਂ ਦੇ ਅਕੋਰਡਿੰਗਲੀ ਅਸੀਂ FIR ਦਰਜ ਕੀਤੀ ਹੈ 75 BNS ਦੇ ਵਿੱਚ ਅਤੇ ਬਾਕੀ ਜਿਹੜਾ ਹੈਗਾ ਅੱਗੇ ਤਫਤੀਸ਼ ਜਾਰੀ ਹੈ ਜੀ ਉਹ ਕਰ ਰਹੇ ਹਾਂ ਅੱਗੇ ਜੇ ਕੋਈ ਹੋਰ ਗੱਲ ਆਉਂਦੀ ਹੈ ਸਾਹਮਣੇ ਤੁਹਾਨੂੰ ਔਨ ਰਿਕਾਰਡ ਔਨ ਪੇਪਰ ਲਿਆਵਾਂਗੇ ਜੀ। ਉਹਨਾਂ ਦਾ 6 ਮਹੀਨੇ ਤੋਂ ਤਕਰੀਬਨ ਉਹ ਕਹਿ ਰਹੀ ਹੈ ਕਿਉਂਕਿ ਇਹਨਾਂ ਨਾ ਆਪਸ 'ਚ ਰਿਲੇਸ਼ਨ ਠੀਕ ਸੀ ਪਰਿਵਾਰਕ ਤੌਰ 'ਤੇ ਰਿਲੇਸ਼ਨ ਵਧੀਆ ਬਣੇ ਹੋਏ ਸੀਗੇ ਉਹਦੇ ਕਰਕੇ ਉਹ ਕਹਿੰਦੇ ਕਿ ਸਾਡਾ ਆਉਣ ਜਾਣ ਇੱਕ ਦੂਜੇ ਨਾਲ ਵਧੀਆ ਸੀਗਾ ਇੱਥੇ ਕੋਠੀ ਸੀਗੀ ਆਪਣੇ ਸੁਧਾਰ 'ਚ ਪਿੰਡੀ ਘੁਮਾਣ ਚੌਂਕ ਉਹ ਆਪਣੇ NRI ਨਛੱਤਰ ਸਿੰਘ ਦੀ ਦੱਸਦੇ ਨੇ ਅਤੇ ਵੀ ਉੱਥੇ ਰਹਿੰਦੇ ਸੀਗੇ ਅਤੇ ਉਹ ਜਦੋਂ ਆਉਂਦੇ ਸੀਗੇ ਇਹਨਾਂ ਕੋਲ ਇੱਥੇ ਰੁਕਦੇ ਸੀ ਆਪਦੀ ਕੋਠੀ 'ਚ ਅਤੇ ਇੱਥੇ ਹੀ ਹੁੰਦੇ ਸੀਗੇ ਮੈਡਮ ਇਹ ਅਤੇ ਉਸ ਦੌਰਾਨ ਉਹ ਕਹਿੰਦੇ ਵੀ ਸਾਨੂੰ ਮੈਨੂੰ ਕਰਦੇ ਰਹੇ ਪਰੇਸ਼ਾਨ ਨਹੀਂ ਸਰ ਇੱਦਾਂ ਵਾ ਵੀ ਜਿਹੜੀ ਕੋਈ ਇੱਕ ਦਰਖਾਸਤ ਨਛੱਤਰ ਸਿੰਘ ਵੱਲੋਂ ਵੀ ਆ ਕ੍ਰੋਸ ਐਲੀਗੇਸ਼ਨ ਜੋ ਵੀ ਕਹਿ ਲਓ ਇਹਨੂੰ ਵੀ ਉਹਨਾਂ ਨੇ ਵੀ ਆਪਦਾ ਦਰਖਾਸਤ ਦਿੱਤੀ ਹੋਈ ਆ ਉਹਦੇ 'ਚ ਉਹਨਾਂ ਦਾ ਐਲੀਗੇਸ਼ਨ ਆ ਵੀ ਕੋਈ ਹਰਜੀਤ ਸਿੰਘ ਨੇ ਚੌਂਕੀ ਮਾਣ ਤੋਂ ਵੀ ਉਹਨਾਂ ਨੇ ਮੇਰੇ ਗਲਤ ਕਾਗਜ਼ਾਂ ਤਿਆਰ ਕੀਤੇ ਆ ਕਿਸੇ ਹੋਰ ਨਾਲ 5-4 ਵਿਅਕਤੀ ਦੇ ਨਾਮ ਹੈਗੇ ਆ ਉਹ ਉਹਦਾ ਇਨਕੁਆਇਰੀ ਕੰਪਲੀਟ ਹੋ ਰਹੀ ਆ ਬਸ ਉਹਦੇ 'ਚ ਫਿਰ ਜੇ ਕੋਈ ਗੱਲ ਹੋਊਗੀ ਇੱਦਾਂ ਦੀ ਕੋਈ ਕਾਨੂੰਨੀ ਤੌਰ 'ਤੇ ਕੋਈ ਕਾਰਵਾਈ ਬਣਦੀ ਹੋਊਗੀ ਤਾਂ ਉਹ ਅਮਲ 'ਚ ਲਿਆਵਾਂਗੇ ਉਹਦੇ ਬਾਰੇ ਫਿਰ ਉਹਦੇ ਪਤਾ ਲੱਗ ਸਕਦਾ ਜਦੋਂ ਕੰਪਲੀਟ ਹੋ ਜੂਗਾ। ਨਹੀਂ ਇਨਕੁਆਇਰੀ ਚੱਲ ਰਹੀ ਹੈ ਜੀ ਉਹ ਕੰਪਲੀਟ ਨੇੜੀ ਹੈ ਜੀ ਹੋ ਜੂਗੀ ਉਹਦੇ 'ਚ ਕੁਛ ਕਾਗਜ਼ੀ ਪੱਤਰੀ ਤੌਰ 'ਤੇ ਇਹਦੇ ਐਲੀਗੇਸ਼ਨ ਸੀਗੇ ਵੀ ਕਾਗਜ਼ ਨਹੀਂ ਠੀਕ ਉਹ ਮੇਰੇ ਗਲਤ ਤਿਆਰ ਕੀਤੇ ਆ ਉਹਨਾਂ ਨੂੰ ਸਾਰੇ ਉਹਨਾਂ ਦੇ ਉਹ ਲੈਣੇ ਸੀਗੇ ਪ੍ਰੂਫ ਵਗੈਰਾ ਇਕੱਠੇ ਕਰਨੇ ਸੀਗੇ ਜੀ ਉਹਨਾਂ ਰਿਕਾਰਡ। ਦੇਖੋ ਜੀ ਇੱਦਾਂ ਵਾ ਵੀ ਮੈਂ ਜੋ ਸਾਡੇ ਕੋਲ ਕੇਸ ਆ FIR ਆ ਉਹਦੇ ਸੰਬੰਧੀ ਜਾਂ ਉਹ ਦਰਖਾਸਤ ਦੇ ਸੰਬੰਧੀ ਤੁਸੀਂ ਗੱਲ ਕੀਤੀ ਜਿਵੇਂ ਉਹਦੇ ਬਾਰੇ ਮੈਂ ਦੱਸ ਸਕਦਾ ਤੁਹਾਨੂੰ ਇੰਨਾ ਹੀ ਆ ਵੀ ਉਹਨਾਂ ਦਾ ਕੋਈ ਔਨ ਰਿਕਾਰਡ ਜਾਂ ਕਦੀ ਕੋਈ ਗੱਲਬਾਤ ਜਾਂ ਨਛੱਤਰ ਸਿੰਘ ਵੱਲੋਂ ਵੀ ਉਹਨਾਂ ਦੇ ਖਿਲਾਫ਼ ਕੋਈ ਕਿਸੇ ਤਰ੍ਹਾਂ ਦਾ ਹੈ ਨਹੀਂ ਗਾ ਐਲੀਗੇਸ਼ਨ ਹੈ ਨਹੀਂ ਗਾ ਨਾ ਹੀ ਕੋਈ ਉਹਨਾਂ ਦੇ ਖਿਲਾਫ਼ ਸਾਡੇ ਵੱਲੋਂ ਕੋਈ ਤਫਤੀਸ਼ ਦੌਰਾਨ ਜਾਂ ਪੜਤਾਲ ਦੌਰਾਨ ਹਜੇ ਤੱਕ ਕੋਈ ਉਹਨਾਂ ਦੇ ਖਿਲਾਫ਼ ਕੋਈ ਗੱਲ ਆਈ ਹੈ। ਨਛੱਤਰ ਸਿੰਘ ਦੀ ਤਲਾਸ਼ ਜਾਰੀ ਹੈ ਜੀ ਜਦੋਂ ਫਿਰ ਹੀ ਕਹਿ ਸਕਦੇ ਹਾਂ ਕੁਛ ਆਪਾਂ ਉਹਦੇ ਲੱਗੇ ਹੋਏ ਮਗਰ ਜੋ ਜੋ ਉਹਨਾਂ ਦੇ ਸਾਨੂੰ ਪਤਾ ਲੱਗ ਰਿਹਾ ਵਾ। ਹਾਂਜੀ ਹਾਂਜੀ ਹਾਂਜੀ।